जनाबे चेयरमैन जंगीर खान तरीन साहब अकाबरीन इस्तकामे पाकिस्तान पार्टी मेरे बड़े भाई मेरे सियासी कायद जनाब राना नज़ीर अहमद ख़ान साहब उमर नज़ीर खान साहब मेरे भाइयों, मेरे बुजुर्गों, अस्सलाम वालेकुम आज मैं जड़ी मोहब्बत गल्ला मंडी दे, कामो की दी आवाम दी, अपने भाई राणा नजीर लाल देखिए राणा साहब मैं दिल की गहराइया तो तहू मुबाराद पेश करना पिछले चालीस साल तो राणा नजीर ने लोगों दिलमरानी की थी है। और लोगों की खिदमत करके अपना ये मकाम पैदा किया जड़े लोग राणा नजीर दिलों ने जरा एक दफा तालिया बजा के राणा नजीर का ਚੰਡੇ ਲਹਿਰਾ ਕੇ ਰਾਣਾ ਨਜ਼ੀਰ ਲਈ ਕਾਮੋਕੀ ਦੇ ਵਿੱਚ ਜਦੋਂ ਮੈਂ ਆ ਰਿਹਾ ਸੀ ਤਾਂ ਮੈਂ ਇਹਦੇ ਹਾਲਾਤ ਵੇਖੇ ਜਿਸ ਤਰ੍ਹਾਂ ਉਹਨੇ ਰਾਣਾ ਸਾਹਿਬ ਨੇ ਕਿਹਾ ਸ਼ਹਿਰ ਦੇ ਵਿੱਚ ਬੇਸ਼ੁਮਾਰ ਗੰਦ ਹੈ ਸੜਕਾਂ ਟੁੱਟੀਆਂ ਹੋਈਆਂ ਨੇ ਔਰ ਜੋ ਲੋਕਾਂ ਦੇ ਹਾਲਾਤ ਨੇ ਪੀਣ ਦਾ ਸਾਫ਼ ਪਾਣੀ ਨਹੀਂ ਹੈਗਾ ਮੈਂ ਅੱਜ ਰਾਣਾ ਸਾਹਿਬ ਤੁਹਾਡੇ ਜ਼ਰੀਏ ਕਾਮੋਕੀ ਦੀ ਆਵਾਮ ਨੂੰ ਇਹ ਕਹਿਣਾ ਚਾਹਨਾ ਕਿ ਇਨਸ਼ਾ ਅੱਲਾਹ ਤਾਲਾ ਅਗਰ ਤੁਹਾਡੀ ਇਸ ਜਮਾਤ ਦੀ ਹਕੂਮਤ ਆਈ ਤੇ ਇਨਸ਼ਾ ਅੱਲਾਹ ਕਾਮੋਕੀ ਨੂੰ ਅਸੀਂ ਇੱਕ ਮਾਡਲ ਸ਼ਹਿਰ ਬਣਾਵਾਂਗੇ ਇਨਸ਼ਾ ਅੱਲਾਹ ਇੱਥੇ ਸਭ ਤੋਂ ਵੱਡਾ ਇਸ਼ੂ ਜਿਹੜਾ ਇੰਟਰਚੇਂਜ ਦਾ ਹੈ ਇਨਸ਼ਾ ਅੱਲਾਹ ਤਾਲਾ राणा नजीर साहब अल्लाह के दे कर्म के अफ्त कर ना अथे कोई अच्छा अस्पताल है ना कार्डियोलॉजी अस्पताल है ना कोई गुरद अस्पताल है इन शाला अगर थोड़ी तो हुकूमत आई ਤੇ ਕੰਮ ਕੀ ਦੇ ਵਿੱਚ ਇਨਸ਼ਾਅਲਾ ਨਾ ਸਿਰਫ ਕਾਰਡੀਓਲੋਜੀ ਦਾ ਹਸਪਤਾਲ ਬਣੇਗਾ ਬਲਕਿ ਇਨਸ਼ਾਅਲਾ ਤਾਲਾ ਗੁਰਦਿਆਂ ਦਾ ਵੀ ਹਸਪਤਾਲ ਇਨਸ਼ਾਅਲਾ ਤਾਲਾ ਇੱਥੇ ਬਣਾਵਾਵਾਂਗੇ ਅੱਛਾ ਜਿਹੜੇ ਅੱਜ ਤੁਹਾਨੂੰ ਲੋਕੀ ਤੁਹਾਡੇ ਕੋਲ ਵੋਟ ਮੰਗਣ ਆਣਗੇ ਬੜੀ-ਬੜੀ ਤਸੱਲੀਆਂ ਦੇਣਗੇ بڑے-बड़े ਪੈਗਾਮ ਦੇਣਗੇ ਉਹ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਕਿ ਇੱਥੇ ਕਿਹੜੇ 40 ਸਾਲ ਫਰਿਸ਼ਤੇ ਹਕੂਮਤ ਕਰਦੇ ਰਹੇ ਨੇ ਉਹ ਇੱਥੇ ਇਹੀ ਲੋਕ ਸਨ ਇਹ 40 ਸਾਲ ਇਹੀ ਲੋਕ ਸਨ ਤੁਹਾਨੂੰ ਪਤਾ ਹੈ ਹੁਕਮਰਾਨਾਂ ਨੇ ਕਿੰਨੀ-ਕਿੰਨੀ ਬਾਰੀਆਂ ਲਈਆਂ ਸੱਤ ਬਾਰੀਆਂ ਸੱਤ ਬਾਰ ਬਾਰੀਆਂ ਲਈਆਂ ਨੇ ਪੰਜਾਬ ਵਿੱਚ ਔਰ 1972 ਤੋਂ ਉੱਥੇ ਬਾਰੀਆਂ ਲੈ ਰਹੇ ਨੇ ਸਿੰਧ ਵਿੱਚ ਇਹ ਜਿਹੜੀ 18 ਮਹੀਨੇ ਦੀ ਹਕੂਮਤ ਨੇ ਕਾਰਨਾਮੇ ਕੀਤੇ ਨੇ ਯਾਦ ਨੇ ਨਾ ਉਹ ਯਾਦ ਨੇ ਨਾ ਜਦੋਂ ਘਰ ਦੇ ਵਿੱਚ ਬਿਜਲੀ ਦਾ ਬਿੱਲ ਆਂਦਾ ਤੇ ਯਾਦ ਆਂਦੀ ਏ ਜਦੋਂ ਜਾ ਕੇ ਸੌਦਾ ਖਰੀਦਣਾ ਪੈਂਦਾ ਤੇ ਯਾਦ ਆਂਦੀ ਏ ਤੇ ਯਾਦ ਰੱਖਣਾ ਉਹ ਯਾਦ ਰੱਖੋਗੇ ਨਾ ਇਹ ਇਨਸ਼ਾ ਅੱਲਾਹ ਤਾਲਾ ਅਸੀਂ ਸਾਰੇ ਮਿਲ ਕੇ ਇਹ ਜਿਹੜੇ ਬਾਰੀਆਂ ਲੈ ਰਹੇ ਨੇ ਇਹਨਾਂ ਨੂੰ ਇੰਜਾਮ ਤੱਕ ਪਹੁੰਚਾਵਾਂਗੇ ਇਨਸ਼ਾਅੱਲਾ ਤੁਸੀਂ ਅਸੀਂ ਸਾਰੇ ਇਹਨਾਂ ਤੋਂ ਤੰਗ ਸਾਂ ਜਹਾਂਗੀਰ ਖਾਨ ਤਰੀਨ ਦੀ ਸਰਪ੍ਰਾਈਜ਼ ਅਸੀਂ ਸਾਰੇ ਚਲੇ ਗਏ ਇੱਕ ਪਾਰਟੀ ਦੇ ਵਿੱਚ ਉਹ ਪਾਰਟੀ ਕੀ ਕਹਿੰਦੀ ਸੀ ਉਹ ਪਾਰਟੀ ਕਹਿੰਦੀ ਸੀ ਅਸੀਂ ਨਿਆ ਪਾਕਿਸਤਾਨ ਬਣਾਵਾਂਗੇ ਉਹ ਨਿਆ ਪਾਕਿਸਤਾਨ ਬਣਾਉਣ ਲਈ असी दस साल दिन रात मेहनत की थी। ना दिन वेखिया ना रात वेखी अपना आराम नहीं वेखिया बड़ा शौक से सूँ कि असि भी नवा पाकिस्तान बनाव गे और जो साहब वजीर आजम बन गए तो उन्होंने पंजाब चला दिता बुजदार के पी ने भी चला दिता गौरा बुजदार और दो न माशाला ਰਾਜ ਕੇ ਨਲਾਇਕ ਤੇ ਰਾਜ ਕੇ ਕਰਪਟ اور ਫਿਰ ਉਹਨਾਂ ਨੇ ਪੰਜਾਬ ਦਾ ਉਹ ਹਾਲ ਕੀਤਾ ਉਹ ਬੇੜਾ ਗਰਗ ਕੀਤਾ ਕਿ ਪੰਜਾਬ ਦੇ ਵਿੱਚ ਕੋਈ ਇੱਕ ਡੀਸੀ ਕੋਈ ਇੱਕ ਕਮਿਸ਼ਨਰ ਪੈਸੇ ਲੈ ਬਗੈਰ ਨਹੀਂ ਲਗਿਆ ਹਰ ਇੱਕ ਦਾ ਰੇਟ ਸੀ ਕਮਿਸ਼ਨਰ ਲਵਾਣਾ ਅਲੱਗ ਰੇਟ ਡੀਸੀ ਲਵਾਣਾ ਅਲੱਗ ਰੇਟ ਐਸਪੀ ਲਵਾਣਾ ਅਲੱਗ ਰੇਟ ਡੀਆਈਜੀ ਲਵਾਣਾ ਅਲੱਗ ਰੇਟ ਉਹ ਸਾਹਿਬ ਇੱਥੇ ਬੈਠੇ ਔਰ ਉਹਨਾਂ ਨੂੰ ਪਤਾ ਕਿ ਦੀ ਸਪੋਰਟ ਸੀ ਉਹ ਬਣੀ ਗਾਲਾ ਤੋਂ ਸਪੋਰਟ ਸੀ ਉਹਨਾਂ ਦੇ ਕਰੋ ਸਪੋਰਟ ਸੀ ਉਹਨਾਂ ਨੂੰ ਔਰ ਇੱਥੇ ਉਹਨਾਂ ਨੇ ਜੁਮਾ ਬਾਜ਼ਾਰ ਲਾ ਦਿੱਤਾ ਔਰ ਇਸ ਮੁਲਕ ਦਾ ਸਭ ਤੋਂ ਵੱਡਾ ਨੁਕਸਾਨ ਕੀ ਕੀਤਾ ਉਹਨੇ ਇਸ ਮੁਲਕ ਦੇ ਆਵਾਮ ਕੋ ਲੋ ਜਿਹੜੀ ਉਮੀਦ ਸੀ ਉਹ ਤੋੜ ਦਿੱਤੀ वो तोड़ के आवाम जड़ी है मायूस हो गई आवाम सिर्फ इस हुकूमत तो मायूस नहीं हुई, आवाम इस सिस्टम तो मै इस सिस्टम के उतमाद खो बैठी लेकिन मैं तो एक गल कहना चाहना इस मुल्क अल्लाह ताला ने सब कुछ दिता इस मुल्क दे विच ਦੁਨੀਆ ਦੇ ਬੁਲੰਤਰੀਨ ਪਹਾੜ ਨੇ ਖੂਬਸੂਰਤ ਵਾਦੀਆਂ ਨੇ ਲਹ ਲਹਾਲ ਦੇ ਖੇਤ ਨੇ ਖੂਬਸੂਰਤ ਤਰੀਨ ਮੁਲਕ ਦੇ ਵਿੱਚ ਅਗਰ ਕਿਸੇ ਚੀਜ਼ ਦੀ ਕਮੀ ਹੈ ਤੇ ਸਿਰਫ ਔਰ ਸਿਰਫ ਅੱਛੇ ਲਾਇਕ ਔਰ ਇਮਾਨਦਾਰ ਲੀਡਰਾਂ ਦੀ ਕਮੀ ਹੈ ਸਭ ਕੁਝ ਹੈਗਾ ਇਸ ਮੁਲਕੇ ਚ ਨਹੀਂ ਹੈਗਾ ਤੇ ਨੇਕ ਨੀਅਤ ਲੀਡਰ ਨਹੀਂ ਲੱਭਦਾ ਅਗਰ ਉਹ ਲੱਭਿਆ ਹੁੰਦਾ ਅਗਰ ਕਾਇਦ ਆਜ਼ਮ ਜੈਸਾ ਲੀਡਰ ਸਾਨੂੰ ਦੁਬਾਰਾ ਲੱਭ ਜਾਂਦਾ ਤੇ ਅੱਜ ਮੁਲਕ ਇਸ ਤਰ੍ਹਾਂ ਦਾ ਨਹੀਂ ਹੁੰਦਾ ਜਿਸ ਤਰ੍ਹਾਂ ਦਾ ਅੱਜ ਅੱਜ ਮੈਂ ਦੂਰ ਨਹੀਂ ਜਾਂਦਾ ਮੈਂ ਲੋਰ ਸ਼ਹਿਰ ਦੀ ਗੱਲ ਕਰ ਦੇਣਾ ਲੋਰ ਸ਼ਹਿਰ ਦੇ ਵਿੱਚ ਇੱਕ ਇੱਕ ਬੈੱਡ ਤੇ ਚਾਰ ਚਾਰ ਬੱਚੇ ਲੇਟੇ ਨੇ ਇਹ ਹਸਪਤਾਲ ਦੀ ਇਹ ਹਾਲਤ ਹੈ ਇਹ ਲਾਹੌਰ ਸ਼ਹਿਰ ਦੀ ਗੱਲ ਕਰ ਰਹੇ ਆਂ ਮੈਂ ਕੋਈ ਡੇਰਾ ਗਾਜ਼ੀ ਖਾਨ ਦੀ ਜਾਂ ਡੇਰਾ ਇਸਮਾਇਲ ਖਾਨ ਦੀ ਗੱਲ ਹੀ ਕਰ ਰਿਹਾ ਲਾਹੌਰ ਸ਼ਹਿਰ ਦੀ ਗੱਲ ਕਰ ਰਿਹਾ ਇੱਕ ਇੱਕ ਬੈੱਡ ਦੇ ਉੱਤੇ ਚਾਰ ਚਾਰ ਬੱਚੇ ਨੇ ਮਾਵਾਂ ਬਰਾੰਦਿਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਬੈਠੀਆਂ ਕਿਉਂਕਿ ਬੈੱਡ ਨਹੀਂ ਅਵੇਲੇਬਲ ਇਹ ਹਾਲਾਤ ਨੇ ਇਸ ਮੁਲਕ ਦੇ ਲੋਕੀ ਰੁੱਲ ਗਏ ਨੇ ਕੋਈ ਥਾਣੇ ਦੇ ਬਾਹਰ ਕੋਈ ਪਟਵਾਰ ਦੇ ਬਾਹਰ ਲੋਕੀ ਸਭ ਕੁਝ ਵੇਚ ਕੇ ਅਗਰ ਕਿਸੇ ਥਾਣੇ ਦੇ ਵਿੱਚ ਕੋਈ ਕਿਸੇ ਦੇ ਖਿਲਾਫ ਕਿਸੇ ਨੇ ਝੂਠਾ ਪਰਚਾ ਕਰਾ ਦਿੱਤਾ ਸਭ ਕੁਝ ਵਿਕ ਗਿਆ ਉਹਦਾ ਇਹ ਹਾਲਾਤ ਇਸ ਮੁਲਕ ਦੇ ਸਾਡੀਆਂ ਮਾਵਾਂ ਸਾਡੀਆਂ ਪੈਣਾ ਜਿਹੜੀਆਂ ਕੜ ਦੇ ਵਿੱਚ ਬੈਠੀਆਂ ਨੇ ਉਹ ਸਾਰੀਆਂ ਜਿਹੜੀ ਹੈਗੀਆਂ ਕੋਈ ਜਹੇਜ਼ ਨਾ ਹੋਣ ਦੀ ਵਜ੍ਹਾ ਤੋਂ ਬੈਠੀ ਏ ਕਿਸੇ ਦੇ ਕੋਲ ਐਨੇ ਵਸਾਇਲ ਨਹੀਂ ਹੈਗੇ ਕਿ ਆਪਣੇ ਬੇਟੀ ਨੂੰ ਇੱਜ਼ਤ ਦੇ ਨਾਲ ਰੁਖਸਤ ਕਰ ਸਕੇ ਇਹ ਉਹ ਮੁਲਕ ਸੀ ਜਿਹੜਾ ਇਸਲਾਮ ਦੇ ਨਾਂ ਤੇ ਲਿਆ ਗਿਆ ਸੀ ਇਹ ਉਹ ਮੁਲਕ ਸੀ ਜਿਹੜਾ ਕਾਇਦ ਆਜ਼ਮ ਨੇ ਇਸ ਖਿੱਤੇ ਦੇ ਮੁਸਲਮਾਨਾਂ ਲਈ ਬਣਾਇਆ ਸੀ ਅੱਜ 75 76 ਸਾਲਾ ਬਾਅਦ ਜਾ ਕੇ ਜਰਾ ਸਿੰਧ ਦੇ ਹਾਲਾਤ ਵੇਖੋ ਸਿੰਧ ਦੇ ਵਿੱਚ ਇੱਕ ਪਿੰਡ ਦੀ ਤਸਵੀਰ ਆਈ ਉਹ ਤਸਵੀਰ ਦੇ ਵਿੱਚ ਇੱਕ طرف ਇੱਕ ਨਦੀ ਦੇ ਉੱਤੇ ਕੁੱਤਾ ਪਾਣੀ ਪੀ ਰਿਹਾ और उस नदी के नाल एक बच्चा पाड़ी पी रहा है यह हालात ने इस मुल्क के छिहत्तर साल हो गए ने मैं पूछना चाहना यह हालात क्यों ने क्योंकि हुक्मरान बेईमान ने हुक्मरान चोर ने लुटेरे ने लुट के ला गए ने इस मुल्क जिदा द लगा उन्हें कमी नहीं की थी। जिदा भी द लगा ਉਹ ਜਿਨ੍ਹਾਂ ਨੂੰ ਅਸੀਂ ਬੜੇ ਮਾਸ਼ਾਅੱਲਾ ਨੇਕ ਤੇ ਇਮਾਨਦਾਰ ਸਮਝਨੇ ਸਾਂ ਉਹਨਾਂ ਦੇ ਕਰਤੂਤ ਤੁਸੀਂ ਅੱਜਕੱਲ ਪੜ ਹੀ ਰਹੇ ਹੋਵੋਗੇ ਉਹ ਨਾ ਕੀ ਲੈਂਦੇ ਸਨ ریاست-ਏ-ਮਦੀਨਾ ਨਾਉਜ਼ੁਬਿਲਲਾਹ ਮੇਰੇ ਪਿਆਰੇ نبی صلی اللہ علیہ وسلم ਦਾ ਜਿਹੜਾ ਨਿਜ਼ਾਮ ਸੀ ਇਹ ਉਹ ਨਿਜ਼ਾਮ ਦੀ ਨਾ ਲੈਂਦੇ ਨੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ और कम अज कम जो मर्जी करो सियासत करो झूठ बोलो पर खुदा दे लई मदीने का ना ना लवो खुदा दे लई जो मर्जी करो लोगों गुमराह करो लोगों के सामने झूठ बोलो लेकिन कम अज़ कम इस्लाम के नाते ना बोलो मजहब के नाते ना बोलो तुसी आज तक जो करतूत अपना थोड़िया तो ने और लोग पढ़ रहे हैं अखबारों देख रहे हैं टी वी ਤੁਸੀਂ ਜੋ ਮਰਜ਼ੀ ਕਰੋ ਲੇਕਿਨ ਮਜ਼ਹਬ ਨੂੰ ਨਾ ਲੈ ਕੇ ਆਓ ਬੁਝੇ ਸਿਆਸਤ ਮਦੀਨਾ ਦਾ ਨਾਂ ਨਾ ਲਵੋ ਇਹ ਰਿਆਸਤ ਤੇ ਮਦੀਨਾ ਮੇਰੇ ਆਕਾ ਦੀ ਰਿਆਸਤ ਸੀ ਔਰ ਇਹ ਤੁਹਾਡੇ ਜੈਸੇ ਲੋਕਾਂ ਦੇ ਮੂੰਹੋਂ ਚੰਗੀ ਨਹੀਂ ਲੱਗਦੀ ਮੈਂ ਆਪਣੇ ਦੋਸਤਾਂ ਨੂੰ ਅੱਜ ਕਹਿਣਾ ਚਾਹਨਾ ਕਿ ਸਾਰੇ ਹੁਕਮਰਾਨ ਜਦੋਂ ਇਹਨਾਂ ਦੇ ਨਾਲ ਲੱਗੋ ਤੇ ਕੁਝ ਹੋਰ ਹੀ ਨਜ਼ਰ ਆਂਦੇ ਨੇ ਇਹ ਬਾਹਰੋਂ ਕੋਈ ਸ਼ੋਰ ਨੇ ਅੰਦਰੋਂ ਕੋਈ ਸ਼ੋਰ ਨਹੀਂ ਇਹ ਮੈਂ ਜਦੋਂ ਲੋਕਾਂ ਨੂੰ ਵੇਖਣਾ ਜਦੋਂ ਸਾਡੀ ਫੌਜ ਇਹਨਾਂ ਨੂੰ ਸਪੋਰਟ ਕਰਦੀ ਏ ਇਹਨਾਂ ਨੂੰ ਹਕੂਮਤ ਵਿੱਚ ਫੁੱਲ ਸਪੋਰਟ ਕੀਤੀ ਇਹਨਾਂ ਦੇ ਨਾਲ ਖਲੋਏ ਇਸ ਮੁਲਕ ਦੀ ਤਰੱਕੀ ਲਈ ਇਸ ਮੁਲਕ ਨੂੰ ਅੱਗੇ ਲੈ ਕੇ ਜਾਣ ਲਈ ਜਦੋਂ ਅੱਜ ਮੈਂ ਉਹਨਾਂ ਦੇ ਮੂੰਹੋਂ ਫੌਜ ਦੇ ਖਿਲਾਫ ਗੱਲਾਂ ਸੁਨਣਾ ਤੇ ਸ਼ਰਮ ਆਂਦੀ ਏ ਇਹ ਉਹ ਫੌਜ ਏ ਜਿਹੜੀ ਸਰਹੱਦਾਂ ਦੇ ਉੱਤੇ ਹਰ ਰੋਜ਼ ਕੁਰਬਾਨੀਆਂ ਦੇ ਰਹੀ ਏ ਅਸੀਂ ਸਾਰੇ ਬੱਚਿਆਂ ਵਾਲੇ ਨੇ ਇੱਥੇ ਬੈਠੇ ਨੇ ਬੇਸ਼ੁਬਾਰ ਲੋਕੀ ਆਪਣੇ ਪੁੱਤਰ ਨੂੰ ਆਪਣੇ ਮੁੱਲ ਤੇ ਕੁਰਬਾਨ ਕਰਨਾ ਕੀ ਆਸਾਨ ਕੰਮ ਏ ਦੱਸੋ ਕੋਈ ਆਸਾਨ ਕੰਮ ਏ अपने जवान पुत्र की कुर्बानी, कुरबानी दूसरिया पुत्रों महफूज करने देना कोई आसान काम है मैं ते तरीन साहब कुछ दिन पहले असी असील हसन के घर गए करनल हसन साहब ने शहादत का मरतबा हासिल किया दहशतगर्दा के खिलाफ लड़ते हुए थानू तो पता है उस ਕੰਨਲ ਨੇ ਆਪਣੇ ਜਵਾਨਾਂ ਨੂੰ ਪਿੱਛੇ ਰੱਖਿਆ ਆਪ ਅੱਗੇ ਗਿਆ ਔਰ ਤੁਹਾਨੂੰ ਪਤਾ ਕਿ ਉਹਦੇ ਸੀਨੇ ਤੇ ਕਿੰਨੀਆਂ ਗੋਲੀਆਂ ਲੱਗੀਆਂ 15 ਗੋਲੀਆਂ ਉਸ ਬਹਾਦਰ ਸਪੂਤ ਨੇ ਇਸ ਮੁਲਕ ਦੇ ਪੁੱਤਰ ਨੇ 15 ਗੋਲੀਆਂ ਖਾਦੀਆਂ ਸੀਨੇ ਤੇ ਡਿੱਗਿਆ ਨਹੀਂ 16ਵੀਂ ਗੋਲੀ ਉਹਨੂੰ ਦਿਮਾਗ ਵਿੱਚ ਲੱਗੀ ਫੇਰ ਡਿੱਗਿਆ ਉਹ ਔਰ ਉਹਦੇ ਘਰ ਅਸੀਂ ਜਦੋਂ ਗਏ ਅਸੀਂ ਉਹਦੀ ਮਾਂ ਨੂੰ ਮਿਲੇ ਉਹਦੀ ਮਾਂ ਦੀ ਅੱਖਾਂ ਵਿੱਚ ਇੱਕ aansu ਨਹੀਂ ਸੀ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਸੁਣਾਉਣਾ ਚਾਹਨਾ ਇਹ ਪੂਰੀ ਕੌਮ ਨੂੰ ਸੁਣਾਉਣਾ ਚਾਹਨਾ ਉਹਨੇ ਕਿਹਾ ਮੇਰਾ ਪੁੱਤਰ ਇਸ ਮੁਲਕ ਦੇ ਉੱਤੇ ਕੁਰਬਾਨ ਹੋ ਗਿਆ ਮੈਨੂੰ ਕੋਈ ਰੰਜ ਨਹੀਂ ਉਹਦੀ ਅੱਖਾਂ ਵਿੱਚ ਇੱਕ aansu ਨਹੀਂ ਸੀ ਮੈਂ ਤੇ ਤਰੀਨ ਸਾਹਿਬ ਜਦੋਂ ਵਾਪਸ ਆ ਰਹੇ ਸਾਂ ਤੇ ਤਰੀਨ ਸਾਹਿਬ ਨੇ ਮੈਨੂੰ ਕਿਹਾ ਇਹ ਕਹਿੋ ਜੇ ਲੋਕ ਨੇ ਇਹ ਐਸੇ ਮਾਰ ਨੇ ਜਿਹੜੇ ਆਪਣਾ ਪੁੱਤਰ ਸਾਡੇ ਪੁੱਤਰਾ ਲਈ ਸਾਡੇ ਬੱਚਿਆਂ ਦੀ ਹਫਾਜ਼ਤ ਲਈ ਆਪਣੇ ਬੱਚੇ ਕੁਰਬਾਨ ਕਰ ਰਹੇ ਨੇ ਔਰ ਸਾਡੇ ਸਿਆਸਤਦਾਨ ਵੇਖੋ ਇਹ ਲਹੰਦ ਦੀ ਲੋਕੀ ਵੇਖੋ ਇਹ ਆਪਣੀ ਫੌਜ ਦੇ ਉੱਤੇ ਬਕਵਾਸ ਕਰਦੇ ਨੇ ਇਹਨਾਂ ਨੂੰ ਪੁੱਛੋ अपना पुत्र कभी ते भेज गए ते कभी देखो किस तरह उन्हों की मावी भैन उन्होंने प्यो उन्होंने मावा किस तरह रेंदे ने जहाँ के बच्चे उत् जाके लड़ते हैं अगर ये मुल्क अज मुस्तैकम है मजबूत हैगा सिर्फ पाक फौज की वजह तो हैगा अगर ये मुल्क इकट्ठा हैगा तो सिर्फ पाक फौज की वजह तो हैगा ਅੱਜ ਸਾਰਿਆਂ ਨੇ ਅਸੀਂ ਇਹ ਅਹਿਦ ਕਰਨਾ ਹੈ ਸਿਆਸਤ ਜੋ ਮਰਜ਼ੀ ਕਰੋ ਇਸ ਫੌਜ ਦੇ ਖਿਲਾਫ ਕੁਝ ਨਹੀਂ ਸੁਣਾਂਗੇ ਇਹ ਫੌਜ ਹੈ ਤੇ ਪਾਕਿਸਤਾਨ ਹੈ ਇਹ ਫੌਜ ਹੈ ਤੇ ਸਾਡੇ ਘਰ ਵਿੱਚ ਲੋਕੀ ਸਾਡੀ ਮਾਵਾਂ ਸਾਡੀਆਂ ਪਹਿਲਾਂ ਸਾਡੇ ਬੱਚੇ ਆਰਾਮ ਨਾਲ ਸੁੱਤੇ ਨੇ ਕਿਉਂਕਿ ਸਾਡੇ ਲਈ ਕੋਈ ਹੋਰ ਆਪਣੀ ਜਾਨਾਂ ਦੇ ਰਿਹਾ ਅੱਜ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਮਾਇੂਸੀ ਗੁਨਾਹ ਹੈ ਔਰ ਇਸ ਮੁਲਕ ਤੋਂ ਤੁਸੀਂ ਮਯੂਸ ਨਹੀਂ ਹੋਣਾ ਖਾਸ ਤੌਰ ਤੇ ਮੈਂ ਨੌਜਵਾਨ ਨਸਲ ਨੂੰ ਕਹਿਣਾ ਚਾਹਨਾ ਆਪਣੇ ਬੱਚਿਆਂ ਨੂੰ ਕਹਿਣਾ ਚਾਹਨਾ ਇਸ ਮੁਲਕ ਤੋਂ ਮਯੂਸ ਨਹੀਂ ਹੋਣਾ ਇਹ ਖੂਬਸੂਰਤ ترین ਮੁਲਕੇ ਇਹਦੇ ਵਿੱਚ ਇੰਨਾ ਐਨੇ ਵਸਾਇਲ ਨੇ ਕਿ ਇਹ ਤੁਹਾਨੂੰ ਹੀ ਨਹੀਂ ਇਨਸ਼ਾ ਅੱਲਾਹ ਤਾਲਾ ਆਂਦਾ ਆਉਣ ਵਾਲੀ ਤੁਹਾਡੀਆਂ ਵੀ ਨਸਲਾਂ ਨੂੰ ਵੀ ਇਨਸ਼ਾ ਅੱਲਾਹ ਤਾਲਾ ਰੋਜ਼ਗਾਰ ਦੇਗਾ ਮੈਂ ਖਾਸ ਤੌਰ ਤੇ ਆਪਣਾ ਜਿਹੜਾ ਪ੍ਰੋਗਰਾਮ ਹੈ ਇਹ ਪਾਰਟੀ ਦਾ ਪ੍ਰੋਗਰਾਮ ਜਿਹੜਾ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਸਾਡੀ ਪਾਰਟੀ ਅਗਰ ਅੱਲਾ ਨੇ ਸਾਨੂੰ ਮੌਕਾ ਦਿੱਤਾ ਅਗਰ ਆਵਾਮ ਨੇ ਸਾਡਾ ਸਾਥ ਦਿੱਤਾ ਤੇ ਅਸੀਂ ਆ ਕੇ ਹਕੂਮਤ ਵਿੱਚ ਕੀ ਕਰਾਂਗੇ ਸਭ ਤੋਂ ਪਹਿਲੇ ਅਸੀਂ ਗਰੀਬ ਆਦਮੀ ਲਈ ਜਿਹੜੀ ਬਿਜਲੀ ਹੈ ਉਹਨੂੰ ਫ੍ਰੀ ਕਰਾਂਗੇ ਮੁਫਤ ਕਰਾਂਗੇ ਓ ਵੇਖੋ ਅਲੀ ਮੁਖਾਨ ਆਇਆ ਅੱਛਾ ਇਹ ਮੈਨੂੰ ਪੁੱਛਦੇ ਨੇ ਕਿ ਇਹ ਤੁਸੀਂ ਸਾਰੇ ਝੂਠ ਬੋਲ ਰਹੇ ਹੋ ਅਸਲ ਇਹ ਜੇ ਸਾਰੀ ਉਮਰ ਆਪ ਝੂਠ ਬੋਲਦੇ ਰਹੇ ਨੇ ਅਸਲ ਇਹ ਸਾਨੂੰ ਕਹਿੰਦੇ ਨੇ ਤੁਸੀਂ ਝੂਠ ਬੋਲ ਰਹੇ ਹੋ ਮੈਂ ਇਹਨਾਂ ਨੂੰ ਦੱਸਣਾ ਚਾਹਨਾ ਇਹ ਮੁਫਤ ਬਿਜਲੀ ਕਿੱਥੋਂ ਦਵਾਂਗੇ ਉਹ ਪਾਈ ਅਮੀਰਾਂ ਦੀ ਬਿਜਲੀ ਜਿਹੜੀ ਹੈ ਕੀ ਇਹ ਉਹਦੀ ਕੀਮਤ ਡਬਲ ਕਰਾਂਗੇ ਤੇ ਗਰੀਬਾਂ ਨੂੰ ਦਵਾਂਗੇ ਫਰੀ ਬਿਜਲੀ